ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਉਸ ਵੀਡੀਓ ਦੇ ਵਿੱਚ ਇੱਕ ਵੀਰ ਵੱਲੋਂ ਸ਼ਰੇਆਮ ਪੰਜਾਬ ਅਤੇ ਕੇਂਦਰ ਸਰਕਾਰ ਦੇ ਅੱਗੇ ਬੇਨਤੀ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਬਾਕੀ ਦੁਕਾਨਾਂ ਖੋਲ੍ਹੀਆਂ ਨੇ ਸਬਜ਼ੀਆਂ ਦੀਆਂ, ਫਲਾਂ ਦੀਆਂ, ਦਵਾਈਆਂ ਦੀਆਂ, ਤਾਂ ਫਿਰ ਠੇਕੇ ਤੁਸੀਂ ਕਿਉਂ ਨਹੀਂ ਖੋਲ੍ਹੇ? ਜੇ ਠੇਕੇ ਨਾ ਖੋਲ੍ਹੇ ਤਾਂ ਅਸੀਂ ਲੋਕ ਛੇਤੀ ਹੀ ਮਰ ਜਾਵਾਂਗੇ। ਔਰ ਉਹਨਾਂ ਨੇ ਪੂਰਾ ਦੁੱਖ ਆਪਣੀ ਇਸ ਵੀਡੀਓ ਦੇ ਵਿੱਚ ਬਿਆਨ ਕੀਤਾ ਹੈ। ਪਹਿਲਾਂ ਸੁਣਾਉਂਦਾ ਉਸ ਸ਼ਰਾਬੀ ਵੀਰ ਦਾ ਪੂਰਾ ਦੁੱਖ, ਜਿਸ ਦੇ ਹੱਥ ਦੇ ਵਿੱਚ ਬੋਤਲ ਫੜੀ ਹੋਈ ਹੈ ਔਰ ਖਾਲੀ ਬੋਤਲ ਹੈ, ਔਰ ਕੀ ਸਰਕਾਰਾਂ ਦੇ ਅੱਗੇ ਬੇਨਤੀ ਕਰਦਾ ਹੋਇਆ ਉਹ ਨਜ਼ਰ ਆ ਰਿਹਾ ਹੈ, ਆਓ ਸੁਣਦੇ ਹਾਂ। ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਨੂੰ ਪੁਰਜ਼ੋਰ ਅਪੀਲ ਹੈ, ਸਾਡੇ ਸਾਰੇ ਸ਼ਰਾਬੀਆਂ ਨੂੰ ਵੀ ਮੈਂ ਅਪੀਲ ਕਰਦਾ, ਤੁਸੀਂ ਧਰਨੇ ਦਿਓ, ਸ਼ਰਾਬ ਮਿਲ ਨਹੀਂ ਰਹੀ, ਇਕੱਠੇ ਹੋ ਕੇ ਧਰਨੇ ਕਿਉਂ ਨਹੀਂ ਦੇ ਰਹੇ? ਜਦੋਂ ਸਾਡੇ ਪਿੰਡ ਦੇ ਵਿੱਚ ਆਟਾ, ਦਾਲਾਂ, ਸਭ ਕੁਝ, ਸਬਜ਼ੀਆਂ ਮਿਲ ਰਹੀਆਂ, ਘੰਟੇ ਦੋ ਘੰਟੇ ਲਈ ਜਦ ਬਾਜ਼ਾਰ ਖੋਲਦੇ ਆ, ਤੁਸੀਂ ਘੰਟੇ ਦੋ ਘੰਟੇ ਲਈ ਸ਼ਰਾਬੀਆਂ ਠੇਕੇ ਕਿਉਂ ਨਹੀਂ ਖੋਲਦੇ? ਮੇਰੀ ਇਹੀ ਅਪੀਲ ਪ੍ਰਧਾਨ ਮੰਤਰੀ ਨੂੰ ਵੀ ਆ, ਮੁੱਖ ਮੰਤਰੀ ਨੂੰ ਵੀ ਆ। ਤੇ ਇਹ ਕੋਰੋਨਾ ਵਾਇਰਸ ਬਾਰੇ ਕਹਿੰਦਾ, ਇਹਦਾ ਤੁਸੀਂ ਆਪੇ ਤਾਂ ਕਹਿੰਦੇ ਅਲਕੋਹਲ, ਇਹਦੇ ਨਾਲ ਹੱਥ ਧੋਵੋ, ਸਾਡੇ ਜੇ ਅੰਦਰ ਰਹੂਗਾ ਆਪੇ ਨੀ ਵਾਇਰਸ ਆਉਣਾ, ਕੋਰੋਨਾ ਵਾਇਰਸ ਤਾਂ ਸਾਡੇ ਨੇੜੇ ਵੀ ਨਹੀਂ ਆਉਣਾ। ਮੇਰੀ ਸ਼ਰਾਬੀਆਂ ਨੂੰ ਵੀ ਅਪੀਲ ਆ, ਇਕੱਠੇ ਹੋ ਜਾਓ, ਇਕੱਠੇ ਹੋ ਕੇ ਧਰਨੇ ਦਿਓ, ਇਹਨਾਂ ਸਾਨੂੰ ਉੱਦੇ ਮਾਰ ਦੇਣਾ। ਸਾਨੂੰ ਰਾਤ ਰਾਤ ਭਰ ਨੀਂਦ ਨਹੀਂ ਆਉਂਦੀ, ਹੈ ਨੀਂਦ ਨਹੀਂ ਆਉਂਦੀ, ਸਾਨੂੰ ਰੋਟੀਆਂ ਆ ਜਾਣੀਆਂ, ਚਾਰ ਦਿਨ ਹੋ ਗਏ ਸਾਨੂੰ ਰੋਟੀ ਖਾਧੀ ਨੂੰ। ਸਰਕਾਰ ਜੀ, ਇਹ ਜ਼ਰੂਰ ਬੇਨਤੀ ਹੈ ਮੇਰੀ, ਮੁੱਖ ਮੰਤਰੀ ਸਾਹਿਬ, ਕੈਪਟਨ, ਆਪ ਤਾਂ ਮੋਤੀ ਮਹਿਲ 'ਚ ਬੈਠਾ ਤੂੰ, ਹੈ ਤੈਨੂੰ ਤਾਂ ਸਭ ਕੁਝ ਮਿਲਦਾ, ਅੰਗਰੇਜ਼ੀ ਦਾਰੂ ਸਕੋਚ ਇੰਗਲੈਂਡ ਤੋਂ ਤੇਰੀ ਸ਼ਰਾਬ ਆਉਂਦੀ ਆ, ਹੈ ਅਸੀਂ ਕਿੱਥੇ ਨੂੰ ਜਾਈਏ? ਸਾਨੂੰ ਘੱਟੋ ਘੱਟ ਜੇ ਦੇਸੀ ਸ਼ਰਾਬੇ ਮੁਹੱਈਆ ਕਰਾ ਦੇ, ਦੋ ਘੰਟੇ ਟੇਕੇ ਖੋਲਦੇ ਖੋਲਦੇ ਜਿਹੜਾ ਮਰਜ਼ ਮੰਗ ਯਾਰ। ਧੰਨਵਾਦ ਤੇਰਾ। ਹੁਣ ਤੁਸੀਂ ਦੱਸੋ ਦੋਸਤੋ ਕਿ ਇਹ ਵੀਰ ਨੇ ਕੀ ਕੋਈ ਮਾੜਾ ਕਹਿਤਾ? ਹਾਲਾਂਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਸਭ ਨੂੰ ਪਤਾ ਹੈ, ਔਰ ਇਹ ਵੀ ਪੁਸ਼ਟੀ ਨਹੀਂ ਕਰ ਰਹੇ ਕਿ ਵੀਰ ਕਿੰਨਾ ਕੁ ਭਿਆਕੜ ਹੈ, ਕਿੰਨੀ ਕੁ ਪੀਂਦਾ, ਕਿੰਨੀ ਕੁ ਨਹੀਂ ਪੀਂਦਾ, ਪਰ ਇਸ ਦੀ ਗੱਲ ਦੇ ਵਿੱਚ ਵਜ਼ਨ ਜ਼ਰੂਰ ਹੈ ਕਿ ਬਾਕੀ ਚੀਜ਼ਾਂ ਨੂੰ ਖੋਲ੍ਹਿਆ ਜਾ ਸਕਦਾ ਹੈ ਤਾਂ ਫਿਰ ਠੇਕੇ ਕਿਉਂ ਨਹੀਂ ਖੁੱਲ੍ਹੇ ਜਾ ਸਕਦੇ ਨੇ, ਔਰ ਠੇਕੇ ਨਾ ਖੁੱਲ੍ਹੇ ਤਾਂ ਬਾਈ ਇਹਨਾਂ ਦਾ ਕੀ ਹਾਲ ਹੋਏਗਾ? ਇਹ ਤੁਸੀਂ ਵੱਧ ਜਾਣਦੇ ਹੋ। ਹਰ ਇੱਕ ਚੀਜ਼ ਦਾ ਨਸ਼ਾ ਹੁੰਦਾ ਹੈ, ਜੇ ਸਾਨੂੰ ਚਾਹ ਨਾ ਮਿਲੇ ਤਾਂ ਚਾਹ ਦਾ ਵੀ ਇੱਕ ਅਲੱਗ ਨਸ਼ਾ ਹੁੰਦਾ ਹੈ। ਜਿਸ ਤਰ੍ਹਾਂ ਚਾਹ ਨਾ ਮਿਲਣ ਤੋਂ ਬਾਅਦ ਇਨਸਾਨ ਦਾ ਬੁਰਾ ਹਾਲ ਹੋ ਜਾਂਦਾ ਹੈ, ਉਸੇ ਤਰ੍ਹਾਂ ਹੀ ਜਿਹੜੇ ਲੋਕ ਜੋ ਖਾਂਦੇ ਪੀਂਦੇ ਨੇ ਉਹਨਾਂ ਨੂੰ ਕੋਈ ਸਾਜੋ ਸਮਾਨ ਨਾ ਮਿਲੇ ਤਾਂ ਉਹਨਾਂ ਦਾ ਵੀ ਬੁਰਾ ਹਾਲ ਹੋ ਜਾਂਦਾ ਹੈ। ਹਾਲਾਂਕਿ ਫਿਰ ਮੈਂ ਇਸ ਗੱਲ ਨੂੰ ਦੁਹਰਾਉਂਦਾ ਹੈ, ਸਰਕਾਰ ਵੱਲੋਂ ਹਮੇਸ਼ਾ ਵਾਸਤੇ ਕਿਹਾ ਜਾਂਦਾ ਹੈ ਕਿ ਕੋਈ ਵੀ ਨਸ਼ਾ ਕਰਨਾ ਸਿਹਤ ਲਈ ਹਾਨੀ ਕਰਕ ਹੈ। ਇਸ ਵੀਰ ਨੂੰ ਵੀ ਚਾਹੀਦਾ ਹੈ ਕਿ ਇਸ ਵਿਪਤਾ ਦੀ ਘੜੀ ਦੇ ਨਾਲ ਹੁਣ ਨਜਿੱਠਣ ਵਾਸਤੇ ਤੁਹਾਨੂੰ ਖੁਦ ਜਿਹੜੀ ਅੰਦਰੂਨੀ ਪਾਵਰ ਹੈ ਉਸ ਦਾ ਇਸਤੇਮਾਲ ਕਰਨਾ ਪਏਗਾ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ,
ਪਰ ਥੈਂਕਸ ਟੂ ਫ੍ਰੀ ਲੀਵ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।